ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਮਿਲਣ ਬਾਰੇ ਕਹਾਣੀ ਸੁਣਾਵਾਂਗੇ। ਬਾਸਰਕੇ ਪਿੰਡ ਵਿੱਚ ਭੱਲਿਆਂ ਦੀ ਕੁੱਲ ਦੇ ਟਿੱਕਾ ਬਾਬਾ ਤੇਜ ਭਾਨ ਜੀ ਦੇ ਸਪੁੱਤਰ ਸਨ ਗੁਰੂ ਅਮਰਦਾਸ ਜੀ। ਜਵਾਨੀ ਦੇ ਸਮੇਂ ਤੋਂ ਹੀ ਅਮਰਦਾਸ ਜੀ ਪੈਦਲ ਚੱਲ ਕੇ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਹਰ 6 ਮਹੀਨੇ ਬਾਅਦ ਨੇਮ ਨਾਲ ਉਹ ਗੰਗਾ ਇਸ਼ਨਾਨ ਕਰਨ ਲਈ ਜਾਂਦੇ ਰਹੇ। ਕਹਿੰਦੇ ਹਨ ਕਿ ਜਦੋਂ ਅਮਰਦਾਸ ਜੀ 20ਵੀਂ ਵਾਰ ਗੰਗਾ ਇਸ਼ਨਾਨ ਕਰਨ ਗਏ ਤਾਂ ਉਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਸੀ। ਫਿਰ ਵੀ ਸਿਮਰਨ ਕਰਦੇ ਪੈਦਲ ਗੰਗਾ ਗਏ। ਰਸਤੇ ਵਿੱਚ ਇੱਕ ਪਿੰਡ ਮਿਹੜਾ ਆਉਂਦਾ ਸੀ ਜਿੱਥੇ ਪੰਡਿਤ ਦੁਰਗਾਦਾਸ ਰਹਿੰਦਾ ਸੀ, ਜਿਸ ਦੇ ਘਰ ਗੰਗਾ ਆਉਣ ਜਾਣ ਵਾਲੇ ਯਾਤਰੀ ਠਹਿਰਦੇ ਸਨ। ਇਹ ਸਾਰਸੂਤ ਬ੍ਰਾਹਮਣ ਸੀ ਤੇ ਯਾਤਰੂਆਂ ਦੀ ਸੇਵਾ ਕਰਦਾ ਸੀ। ਗੁਰੂ ਅਮਰਦਾਸ ਜੀ ਵੀ ਇਸ ਦੇ ਘਰ ਠਹਿਰ ਗਏ ਤੇ ਦੁਪਹਿਰ ਦੇ ਸਮੇਂ ਇੱਕ ਦਰਖਤ ਦੇ ਥੱਲੇ ਪੈ ਗਏ। ਨੀਂਦ ਆ ਗਈ। ਪੰਡਿਤ ਦੁਰਗਾਦਾਸ ਜੋਤਸ਼ੀ ਸੀ। ਜਦੋਂ ਗੁਰੂ ਸਾਹਿਬ ਆਰਾਮ ਨਾਲ ਸੌ ਰਹੇ ਸਨ ਤਾਂ ਕੁਦਰਤੀ ਦੁਰਗਾਦਾਸ ਉਹਨਾਂ ਦੇ ਚਰਨਾਂ ਵੱਲ ਆ ਕੇ ਬੈਠ ਗਿਆ। ਚਾਨਚੱਕ ਪੰਡਿਤ ਦੁਰਗਾਦਾਸ ਦੀ ਨਜ਼ਰ ਗੁਰੂ ਸਾਹਿਬ ਦੇ ਪੈਰਾਂ ਉੱਤੇ ਪਈ ਤਾਂ ਉਸਨੇ ਦੇਖਿਆ ਕਿ ਗੁਰੂ ਸਾਹਿਬ ਦੇ ਸੱਜੇ ਪੈਰ ਉੱਤੇ ਪਦਮ ਦਾ ਨਿਸ਼ਾਨ ਸੀ। ਕਹਿੰਦੇ ਹਨ ਕਿ ਗੁਰੂ ਸਾਹਿਬ ਦੇ ਹੱਥ ਵਿੱਚ ਵੀ ਪਦਮ ਸੀ। ਪੰਡਿਤ ਨੇ ਆਪਣੀ ਜੋਤਿਸ਼ ਵਿੱਦਿਆ ਦੀ ਨਜ਼ਰ ਨਾਲ ਦੇਖ ਕੇ ਵਿਚਾਰ ਕੀਤੀ ਕਿ ਇਹ ਪਦਮ ਦਾ ਨਿਸ਼ਾਨ ਤਾਂ ਬਹੁਤ ਉੱਤਮ ਲੱਛਣ ਵਾਲੇ ਮਨੁੱਖ ਦੇ ਪੈਰਾਂ ਵਿੱਚ ਹੁੰਦਾ ਹੈ। ਇਹੋ ਜਿਹਾ ਹੀ ਪਦਮ ਦਾ ਨਿਸ਼ਾਨ ਸ੍ਰੀ ਕ੍ਰਿਸ਼ਨ ਭਗਵਾਨ ਦੇ ਪੈਰਾਂ ਵਿੱਚ ਸੀ। ਇਹ ਪਦਮ ਦਾ ਨਿਸ਼ਾਨ ਜਾਂ ਤਾਂ ਕਿਸੇ ਚੱਕਰਵਰਤੀ ਰਾਜੇ ਦੇ ਪੈਰ ਵਿੱਚ ਹੋ ਸਕਦਾ ਹੈ ਜਾਂ ਪ੍ਰਭੂ ਦੇ ਅਵਤਾਰ ਦੇ ਪੈਰ ਵਿੱਚ ਹੋ ਸਕਦਾ ਹੈ। ਇਸ ਲਈ ਮੇਰੀ ਜੋਤਿਸ਼ ਦੇ ਹਿਸਾਬ ਨਾਲ ਇਹਨਾਂ ਦੋਹਾਂ ਵਿੱਚੋਂ ਇੱਕ ਹੋਣੇ ਚਾਹੀਦੇ ਹਨ। ਅਮਰਦਾਸ ਜੀ ਜਿੰਨਾ ਚਿਰ ਲੇਟੇ ਰਹੇ ਪੰਡਿਤ ਪਦਮ ਨੂੰ ਦੇਖਦਾ ਹੀ ਰਿਹਾ ਤੇ ਵਿਚਾਰਾਂ ਕਰਦਾ ਰਿਹਾ। ਕੁਝ ਸਮਾਂ ਆਰਾਮ ਕੀਤਾ। ਦੁਪਹਿਰ ਢਲੀ ਤੇ ਅਮਰਦਾਸ ਜੀ ਜਾਗ ਪਏ ਤੇ ਚੱਲਣ ਦੀ ਤਿਆਰੀ ਕਰਨ ਲੱਗੇ। ਜਾਣ ਲੱਗੇ ਅਮਰਦਾਸ ਜੀ ਨੇ ਕੁਝ ਪੈਸੇ ਕੱਢ ਕੇ ਪੰਡਿਤ ਦੁਰਗਾਦਾਸ ਨੂੰ ਕਿਹਾ ਕਿ ਲਓ ਦਕਸ਼ਣਾ, ਯਾਤਰੀਆਂ ਦੀ ਸੇਵਾ ਕਰਦੇ ਰਹੋ, ਬਹੁਤ ਪਰਉਪਕਾਰ ਦਾ ਕੰਮ ਹੈ, ਇਸੇ ਤਰ੍ਹਾਂ ਕਰਦੇ ਰਹੋ। ਪੰਡਿਤ ਨੇ ਕਿਹਾ ਕਿ ਇਹ ਦਕਸ਼ਣਾ ਮੈਂ ਅਜੇ ਨਹੀਂ ਲੈਣੀ, ਜਦੋਂ ਤੁਸੀਂ ਸਮਰੱਥ ਹੋਵੋਗੇ ਉਦੋਂ ਲਵਾਂਗਾ। ਅੱਜ ਤੁਸੀਂ ਮੈਨੂੰ ਵਚਨ ਕਰ ਦਿਓ ਤੇ ਇਹ ਵਚਨ ਯਾਦ ਰੱਖਣਾ ਤੇ ਜਦੋਂ ਮੈਂ ਮੰਗਾਂਗਾ ਤਾਂ ਅੱਜ ਦਾ ਵਚਨ ਯਾਦ ਕਰਕੇ ਮੈਨੂੰ ਮੂੰਹੋਂ ਮੰਗੀ ਦਕਸ਼ਣਾ ਦੇਣਾ। ਅਮਰਦਾਸ ਜੀ ਹੈਰਾਨ ਹੋ ਕੇ ਪੰਡਿਤ ਦੇ ਮੂੰਹ ਵੱਲ ਦੇਖਣ ਲੱਗੇ। ਫਿਰ ਉਹਨਾਂ ਨੇ ਪੰਡਿਤ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਜਾਣ ਲਿਆ ਕਿ ਅਸੀਂ ਤੁਹਾਨੂੰ ਮੂੰਹ ਮੰਗੀ ਦਕਸ਼ਣਾ ਦੇਣ ਦੇ ਸਮਰੱਥ ਵੀ ਹੋ ਜਾਵਾਂਗੇ। ਪੰਡਿਤ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਸੁੱਤੇ ਪਏ ਸੀ ਤਾਂ ਮੈਂ ਦੇਖਿਆ ਹੈ ਕਿ ਤੁਹਾਡੇ ਸੱਜੇ ਪੈਰ ਵਿੱਚ ਪਦਮ ਦਾ ਨਿਸ਼ਾਨ ਹੈ। ਮੈਂ ਹੈਰਾਨ ਹਾਂ ਕਿ ਤੁਹਾਡੀ ਇੰਨੀ ਉਮਰ ਹੋ ਗਈ ਹੈ, ਅਜੇ ਤੱਕ ਤੁਹਾਨੂੰ ਇਸ ਨਿਸ਼ਾਨ ਦਾ ਫਲ ਕਿਉਂ ਨਹੀਂ ਮਿਲਿਆ? ਪਰ ਮੈਨੂੰ ਯਕੀਨ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਵਕਤ ਤੁਹਾਨੂੰ ਇਸ ਦਾ ਫਲ ਜ਼ਰੂਰ ਮਿਲੇਗਾ। ਜਾਂ ਤਾਂ ਭਗਵਾਨ ਤੁਹਾਨੂੰ ਕਿਸੇ ਖਾਸ ਸ਼ਕਤੀ ਨਾਲ ਨਿਵਾਜਣਗੇ ਜਾਂ ਤੁਸੀਂ ਚੱਕਰਵਰਤੀ ਰਾਜਾ ਬਣੋਗੇ। ਇਹ ਅਟਲ ਹੈ। ਜਦੋਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਪਦਵੀ ਪ੍ਰਾਪਤ ਕਰ ਲਓਗੇ ਉਦੋਂ ਮੈਨੂੰ ਮੇਰੀ ਇੱਛਾ ਅਨੁਸਾਰ ਦਾਨ ਦੇ ਦੇਣਾ, ਪਰ ਅੱਜ ਇਸ ਸੰਬੰਧੀ ਵਚਨ ਕਰ ਦਿਓ। ਤਾਂ ਅਮਰਦਾਸ ਜੀ ਵੀ ਇਹ ਗੱਲ ਸੁਣ ਕੇ ਹੈਰਾਨ ਹੋਏ। ਸ਼ਾਇਦ ਸੋਚਦੇ ਤਾਂ ਹੋਣਗੇ ਕਿ ਮੇਰੀ ਇੰਨੀ ਉਮਰ ਗੁਜ਼ਰ ਚੁੱਕੀ ਹੈ, ਜੇਕਰ ਮੇਰੇ ਵਿੱਚ ਕੋਈ ਖਾਸ ਗੁਣ ਸੀ ਤਾਂ ਹੁਣ ਤੱਕ ਤਾਂ ਪ੍ਰਗਟ ਹੋ ਜਾਣਾ ਸੀ। ਹੁਣ ਬਿਰਧ ਹੋ ਕੇ ਮੈਨੂੰ ਕਿਹੜੀ ਸ਼ਕਤੀ ਮਿਲ ਜਾਵੇਗੀ, ਜਾਂ ਹੁਣ ਮੈਂ ਕੀ ਰਾਜਾ ਬਣ ਕੇ ਕਰਾਂਗਾ, ਜਾਂ ਹੁਣ ਕਦੋਂ ਮੈਂ ਰਾਜਾ ਬਣਾਂਗਾ। ਖੈਰ, ਹੈਰਾਨ ਜਿਹੇ ਹੋ ਕੇ ਉਹਨਾਂ ਨੇ ਪੰਡਿਤ ਨੂੰ ਕਹਿ ਦਿੱਤਾ ਕਿ ਜੇਕਰ ਕੋਈ ਗੱਲ ਇਸ ਤਰ੍ਹਾਂ ਦੀ ਹੋਈ, ਤੁਹਾਡੇ ਵਚਨ ਪੂਰੇ ਹੋਏ, ਤਾਂ ਜਦੋਂ ਤੁਸੀਂ ਸਾਡੇ ਕੋਲ ਆਓਗੇ ਜੋ ਵੀ ਤੁਸੀਂ ਮੂੰਹੋਂ ਮੰਗੋਗੇ ਅਸੀਂ ਦੇਵਾਂਗੇ। ਗੁਰੂ ਅਮਰਦਾਸ ਜੀ ਇਹ ਵਚਨ ਕਰਕੇ ਅੱਗੇ ਚਲੇ ਗਏ। ਇਸ ਦਾ ਮਤਲਬ ਇਹ ਹੋਇਆ ਕਿ ਪੰਡਿਤ ਦੁਰਗਾਦਾਸ ਸੱਚਮੁੱਚ ਜੋਤਿਸ਼ ਵਿੱਦਿਆ ਵਿੱਚ ਮਾਹਰ ਸੀ
ਜਿਸ ਨੇ ਬਹੁਤ ਸਮੇਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਦੱਸ ਦਿੱਤਾ ਸੀ ਕਿ ਤੁਹਾਨੂੰ ਕੋਈ ਬਹੁਮੁੱਲੀ ਦਾਤ ਪ੍ਰਾਪਤ ਹੋਵੇਗੀ। ਜਦੋਂ ਕਿ ਉਸ ਸਮੇਂ ਅਮਰਦਾਸ ਜੀ ਨੂੰ ਬਿਲਕੁਲ ਕੋਈ ਇਲਮ ਨਹੀਂ ਸੀ ਕਿ ਉਹ ਕਦੇ ਇੰਨੀ ਬਿਰਧ ਉਮਰ ਦੇ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਮਾਲਕ ਬਣਨਗੇ ਅਤੇ ਦੁਨੀਆ ਨੂੰ ਚਾਨਣ ਵਿਖਾਉਣਗੇ ਅਤੇ ਇਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ। ਕੋਈ ਨਹੀਂ ਸੀ ਜਾਣਦਾ, ਖੁਦ ਅਮਰਦਾਸ ਜੀ ਵੀ ਇਸ ਗੱਲ ਤੋਂ ਅਣਜਾਣ ਸਨ। ਉਸੇ ਯਾਤਰਾ ਤੋਂ ਮੁੜਦੇ ਗੁਰੂ ਅਮਰਦਾਸ ਜੀ ਨੂੰ ਇੱਕ ਆਦਮੀ ਮਿਲਿਆ ਸੀ, ਬ੍ਰਹਮਚਾਰੀ ਸੀ, ਜਿਸ ਨੇ ਕਈ ਦਿਨ ਨਾਲ ਰਹਿਣ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ। ਜਦੋਂ ਅਮਰਦਾਸ ਜੀ ਨੇ ਕਿਹਾ ਕਿ ਅਜੇ ਤੱਕ ਮੇਰਾ ਕੋਈ ਗੁਰੂ ਨਹੀਂ, ਤਾਂ ਉਸਨੇ ਕਿਹਾ ਸੀ ਕਿ ਮੈਂ ਤੇਰੀ ਨਿਗੁਰੇ ਦੀ ਸੰਗਤ ਕਰਕੇ ਬਹੁਤ ਗਲਤ ਕੰਮ ਕੀਤਾ ਹੈ, ਮੈਂ ਤਾਂ ਆਪਣੀ ਸਾਰੀ ਖੱਟੀ ਕਮਾਈ ਗੁਆ ਲਈ। ਤਾਂ ਉਸ ਤੋਂ ਬਾਅਦ ਅਮਰਦਾਸ ਜੀ ਨੇ ਗੁਰੂ ਦੀ ਭਾਲ ਕੀਤੀ ਤੇ ਗੁਰੂ ਅੰਗਦ ਸਾਹਿਬ ਨੂੰ ਆਪਣਾ ਗੁਰੂ ਧਾਰਿਆ ਤੇ ਫਿਰ 12 ਸਾਲ ਉਹਨਾਂ ਦੀ ਇੰਨੀ ਸੇਵਾ ਬਿਰਧ ਹੋਣ ਦੇ ਬਾਵਜੂਦ ਕੀਤੀ ਕਿ ਉਹਨਾਂ ਨੇ ਸੇਵਾ ਤੋਂ ਖੁਸ਼ ਹੋ ਕੇ ਗੁਰਗੱਦੀ ਹੀ ਗੁਰੂ ਅਮਰਦਾਸ ਜੀ ਨੂੰ ਬਖਸ਼ ਦਿੱਤੀ ਤੇ ਪੰਡਿਤ ਦੁਰਗਾਦਾਸ ਦੀ ਭਵਿੱਖਬਾਣੀ ਸੱਚ ਹੋ ਗਈ। ਇਹ ਸੀ ਪੰਡਿਤ ਦੁਰਗਾਦਾਸ ਦੀ ਗੁਰੂ ਅਮਰਦਾਸ ਜੀ ਨੂੰ ਕੀਤੀ ਭਵਿੱਖਬਾਣੀ ਤੇ ਅਮਰਦਾਸ ਜੀ ਦੇ ਗੁਰੂ ਅਮਰਦਾਸ ਬਣ ਕੇ ਦੇਨ ਦੁਨੀਆ ਦੇ ਮਾਲਕ ਬਣਨ ਦੀ ਦਾਸਤਾਨ। ਅੱਗੇ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਸਾਖੀਆਂ ਤੇ ਗੁਰ ਇਤਿਹਾਸ ਬਾਰੇ ਦੱਸਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।